ਉੱਗੇ ਮਦਾਕਾਰ ਸ਼ਾਹਰੁਖ ਖਾਨ ਤੋਂ دیر ਰਾਤ ਮੁੰਬਈ 에어ਪੋਰਟ ਤੇ ਕਰੀਬ 1 ਘੰਟੇ ਤੱਕ ਪਹੁੰਚ ਪਰਤਾਲ ਹੋਣ ਦੀ ਖਬਰ ਆ ਰਹੀ ਹੈ ਸ਼ਾਹਰੁਖ ਖਾਨ ਸੰਯੁਕਤ ਅਰਬ ਅਮੀਰਾਤ ਤੋਂ ਮੁੰਬਈ ਪਰਤ ਰਹੇ ਸਨ ਅਦਾਕਾਰ ਦੁਬਈ ਵਿੱਚ ਸ਼ਾਰਜਾ ਬੁੱਕ ਫੇਅਰ ਸਮਾਗਮ ਵਿੱਚ ਸ਼ਾਮਲ ਹੋਣ ਗਏ ਸੀ ਅਤੇ ਉਸ ਤੋਂ ਬਾਅਦ ਆਪਣੀ ਨਿੱਜੀ ਚਾਰਟਰ ਪਲੇਨ ਰਾਹੀਂ ਮੁੰਬਈ ਪਹੁੰਚੇ ਰਾਤ ਤਕਰੀਬਨ 12:30 ਵਜੇ 에어ਪੋਰਟ ਦੇ T3 ਟਰਮੀਨਲ ਉੱਤੇ ਚੈਕਿੰਗ ਦੌਰਾਨ ਸ਼ਾਹਰੁਖ ਖਾਨ ਦੇ ਸਮਾਨ ਵਿੱਚੋਂ ਤਕਰੀਬਨ 18 ਲੱਖ ਰੁਪਏ ਦੀਆਂ ਮਹਿੰਗੀਆਂ ਘੜੀਆਂ ਮਿਲੀਆਂ ਜਦੋਂ ਕਸਟਮ ਵਿਭਾਗ ਨੇ ਇਹਨਾਂ ਘੜੀਆਂ ਬਾਰੇ ਪੁੱਛਿਆ ਤਾਂ ਪਤਾ ਲੱਗਾ ਕਿ ਫਿਲਮ ਮਜ਼ਾਕਾਰ ਨੇ ਇਹਨਾਂ ਘੜੀਆਂ ਨੂੰ ਭਾਰਤ ਲਿਆਉਣ ਲਈ ਕੋਈ ਕਸਟਮ ਡਿਊਟੀ ਨਹੀਂ ਸੀ ਅਦਾ ਕੀਤੀ। ਇਸ ਤੋਂ ਬਾਅਦ ਸ਼ਾਹਰੁਖ ਖਾਨ ਤੇ ਉਹਨਾਂ ਦੀ ਪੂਰੀ ਟੀਮ ਨੂੰ 에ਅਰਪੋਰਟ ਉੱਤੇ ਰੋਕ ਦਿੱਤਾ ਦੱਸਿਆ ਜਾਂਦਾ। ਕਸਟਮ ਅਧਿਕਾਰੀਆਂ ਨੇ ਇਸ ਤੋਂ ਬਾਅਦ ਪੁੱਛ ਪੜਤਾਲ ਕੀਤੀ ਅਤੇ ਤਕਰੀਬਨ 1 ਘੰਟੇ ਬਾਅਦ ਸ਼ਾਹਰੁਖ ਖਾਨ, ਉਹਨਾਂ ਦੀ ਟੀਮ ਅਤੇ ਮੈਨੇਜਰ ਪੂਜਾ ਡਡਲਾਨੀ ਨੂੰ ਛੱਡ ਦਿੱਤਾ ਗਿਆ। ਹਾਲਾਂਕਿ ਕਸਟਮ ਵਿਭਾਗ ਨੇ ਸ਼ਾਹਰੁਖ ਖਾਨ ਦੇ ਬਾਡੀਗਾਰਡ ਰਵੀ ਅਤੇ ਕੁਝ ਹੋਰ ਮੈਂਬਰਾਂ ਨੂੰ ਅਗਲੀ ਰੀ ਪ੍ਰਕਿਰਿਆ ਪੂਰੀ ਕਰਨ ਲਈ ਹਵਾਈ ਡੇ ਉੱਤੇ ਰੋਕ ਦਿੱਤਾ ਪਤਾ ਲੱਗਾ ਕਿ ਸ਼ਾਹਰੂਖ ਖਾਨ ਦੇ ਕੋਲ ਜੋ ਘੜੀਆਂ ਸਨ ਉਹਨਾਂ ਦੀ ਕੀਮਤ ਦਾ ਅੰਦਾਜ਼ਾ ਲਾਉਣ ਤੋਂ ਬਾਅਦ 6,83,000 ਰੁਪਏ ਦੀ ਕਸਟਮ ਡਿਊਟੀ ਅਦਾ ਕੀਤੀ ਗਈ ਜਿਸ ਤੋਂ ਬਾਅਦ ਉਹਨਾਂ ਦੀ ਪੂਰੀ ਟੀਮ ਨੂੰ ਜਾਣ ਦਿੱਤਾ ਗਿਆ ਇਸ ਮਾਮਲੇ ਦੀ ਕਾਫੀ ਚਰਚਾ ਹੋ ਰਹੀ ਹੈ